ਪੰਜਾਬ ਵਿੱਚ ਨਾਜਾਇਜ਼ ਟੋਲ ਪਲਾਜ਼ਿਆਂ ਦੀ ਲੁੱਟ ਦਾ ਮਾਮਲਾ ਅਕਸਰ ਸੁਰਖੀਆਂ 'ਚ ਰਹਿੰਦਾ। ਸਰਕਾਰ ਦੀ ਚੁੱਪ 'ਤੇ ਵੀ ਸਵਾਲ ਖੜ੍ਹੇ ਹੁੰਦੇ ਨੇ ਕਿ ਆਖਿਰਕਾਰ ਕਿਸ ਦੀ ਸ਼ਹਿ 'ਤੇ ਲੋਕਾਂ ਦੀ ਜੇਬ 'ਤੇ ਡਾਕਾ ਮਾਰਿਆ ਜਾ ਰਿਹਾ। ਹੁਣ ਟੋਲ ਪਲਾਜ਼ਿਆਂ ਦਾ ਜੁੱਲੀ ਬਿਸਤਰਾ ਗੋਲ ਕਰਵਾਉਣ ਦੇ ਲਈ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਵੱਡਾ ਖੁਲਾਸਾ ਕੀਤਾ। ਘੁਬਾਇਆ ਨੇ ਮੀਡੀਆ ਨੂੰ ਦੱਸਿਆ ਕਿ ਫਾਜ਼ਿਲਕਾ ਫਿਰੋਜ਼ਪੁਰ ਹਾਈਵੇ 'ਤੇ ਚੱਲ ਰਹੇ ਟੋਲ ਪਲਾਜ਼ੇ ਨੂੰ ਬੰਦ ਕਰਵਾਇਆ ਜਾਵੇਗਾ। ਘੁਬਾਇਆ ਦੇ ਮੁਤਾਬਕ ਲੋਕਾਂ ਨਾਲ ਹੋ ਰਹੀ ਕਰੋੜਾਂ ਦੀ ਲੁੱਟ ਦੀ ਵਿਜੀਲੈਂਸ ਇਨਕੁਆਇਰੀ ਵੀ ਕਰਵਾਈ ਜਾਵੇਗੀ। ਟੋਲ ਪਲਾਜ਼ਾ ਤਾਂ ਸਾਡੇ ਜਿਹੜੇ ਕਾਫੀ ਲੰਮੇ ਸਮੇਂ ਤੋਂ ਅਸੀਂ ਲੱਗੇ ਹੋਏ ਸੀ ਵੀ ਇਹ ਜਿਹੜੇ ਇਲੀਗਲੀ ਚੱਲ ਰਹੇ ਹੈ। ਸਾਨੂੰ ਜਲਾਲਾਬਾਦ ਤੋਂ ਚੌਧਰੀ ਬ੍ਰਦਰ ਹੈਗੇ ਹਰਕ੍ਰਿਸ਼ਨ ਵਾਲੇ, ਉਹਨਾਂ ਨੇ ਸਾਨੂੰ ਦੱਸਿਆ ਸੀ ਅਸੀਂ ਲੰਮੇ ਸਮੇਂ ਤੋਂ ਇਹਨਾਂ ਦੇ ਪਿੱਛੇ ਸੀਗੇ। ਸੋ ਹੁਣ ਫੈਸਲਾ ਇਹ ਹੋ ਗਿਆ ਵੀ ਇਹਨਾਂ ਕੋਲ ਕਲੀਅਰੈਂਸ ਸਰਟੀਫਿਕੇਟ ਹੈ ਨਹੀਂ ਔਰ ਇਹ ਪ੍ਰੋਵੀਜ਼ਨਲ ਸਰਟੀਫਿਕੇਟ 'ਤੇ ਇੰਨੀ ਦੇਰ ਇਹਨਾਂ ਨੇ ਟੋਲ ਪਲਾਜ਼ੇ ਲਾਏ ਹੋਏ ਸੀਗੇ। ਔਰ ਪਿੱਛੇ ਸਿੱਧੂ ਸਾਹਿਬ ਸਰਦਾਰ ਬਲਵੀਰ ਸਿੰਘ ਸਿੱਧੂ ਜੀ ਆਏ ਸੀ ਜਦੋਂ ਗ੍ਰੀਨ ਕਮੇਟੀ ਦੀ ਮੀਟਿੰਗ ਹੋਈ, ਉਹਦੇ 'ਚ ਵੀ ਇਸ਼ੂ ਉੱਠਿਆ ਔਰ ਮੈਂ ਉਹਨਾਂ ਨੂੰ ਇਹੀ ਕਿਹਾ ਵੀ ਜੇ ਕਲੀਅਰੈਂਸ ਸਰਟੀਫਿਕੇਟ ਹੈਗਾ ਤਾਂ ਆਪਦਾ ਲਾਉਣ, ਜੇ ਨਹੀਂ ਹੈਗਾ ਤਾਂ ਬੰਦ ਕਰਨ। ਸੋ ਫੈਸਲਾ ਡੀਸਾ ਵੀ ਉੱਥੇ ਸੀ, ਇਹ ਹੋ ਗਿਆ ਵੀ ਉਹਨਾਂ ਕੋਲ ਕਲੀਅਰੈਂਸ ਸਰਟੀਫਿਕੇਟ ਹੈ ਨਹੀਂ ਔਰ ਇਹ ਜਿਹੜੇ ਟੋਲ ਪਲਾਜ਼ੇ ਜਲਦ ਬੰਦ ਕੀਤੇ ਜਾਣ। ਕਿਹੜੇ ਕਿਹੜੇ ਟੋਲ ਪਲਾਜ਼ੇ ਨੇ? ਦੋਨੋਂ ਹੀ ਜਿਹੜੇ ਕਿ ਇੱਥੇ ਮਾਮੂ ਜੀ ਲੱਗਿਆ ਅਤੇ ਇੱਥੇ ਕਲੰਦਰ। ਇਹ ਕਿੰਨੇ ਕਿਲੋਮੀਟਰ ਦੀ ਰੇਂਜ ਦੇ ਵਿੱਚ ਸਰ ਨਹੀਂ ਲੱਗ ਸਕਦੇ? 30 ਕਿਲੋਮੀਟਰ ਦੀ ਰੇਂਜ 'ਚ ਲੱਗਿਆ ਹੋਇਆ ਇਹਨੇ ਏਰੀਏ ਦੇ ਵਿੱਚ, ਦੋ ਜਿਹੜੇ ਆ ਉਹ ਲੱਗ ਨਹੀਂ ਸਕਦੇ ਕਿਤੇ ਵੀ, ਹੈ ਨਹੀਂ। ਔਰ ਜਿਹੜੀ ਗਾਈਡਲਾਈਨਸ ਹੈਗੀਆਂ ਔਰ ਹੋਰ ਵੀ ਜਿਹੜੇ ਰੋਡਸ ਦੇ ਬਣਾਉਣ ਵੇਲੇ ਇਹਨਾਂ ਨੇ ਜੋ ਐਗਰੀਮੈਂਟ ਕੀਤਾ ਸੀ ਉਹਦੇ ਮੁਤਾਬਕ ਇਹਨਾਂ ਨੇ ਕੋਈ ਵੀ ਆਪਦੇ ਜਿਹੜੇ ਸਹੂਲਤ ਫੁੱਲਫਿਲ ਸਾਨੂੰ ਨਹੀਂ ਕੀਤੀ ਔਰ ਇਸ ਕਰਕੇ ਬੰਦ ਹੋਣੇ ਚਾਹੀਦੇ ਔਰ ਬੰਦ ਹੋਣਗੇ। ਸਰ ਇਹ ਐਕਸ਼ਨ ਸਰ ਕਿੰਨੀ ਦੇਰ 'ਚ ਕੰਪਲੀਟ ਹੋ ਜਾਏਗਾ? ਗਵਰਨਮੈਂਟ ਤੁਸੀਂ ਪਰਮਿਸ਼ਨ ਲੈ ਕੇ ਜਲਦੀ ਜਿਹੜੇ ਬੰਦ ਕਰਵਾ ਦੇ। ਹੁਣ ਤੱਕ ਕਿੰਨੀ ਸਮੇਂ ਦਿਓਗੇ ਲੋਕਾਂ ਦੀ ਲੁੱਟ ਹੋਈ ਹੈ ਜੀ ਇਸ ਰੋਡ? ਬਹੁਤ ਲੁੱਟ ਹੋਈ ਹੈ ਜੀ ਪਿਛਲੇ ਲੰਮੇ ਸਮੇਂ ਤੋਂ। ਜੇ ਇਲੀਗਲੀ ਇੰਨੀ ਦੇਰ ਚੱਲ ਰਹੇ ਸੀ ਤਾਂ ਫਿਰ ਉਹਨਾਂ ਲੋਕਾਂ ਨੂੰ ਲੁੱਟਿਆ ਹੀ ਹੈ, ਅਸੀਂ ਉਹਦੀ ਵੀ ਵਿਜੀਲੈਂਸ ਇਨਕੁਆਇਰੀ ਕਰਾਵਾਂਗੇ। ਜਦੋਂ ਲੱਗੇ ਕਿਸੇ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਜੀ ਵੀ ਟੋਲ ਪਲਾਜ਼ੇ ਲੱਗਿਆ ਇਲੀਗਲੀ ਲੱਗਿਆ ਕਿ ਬਸ ਲੁੱਟੀ ਗਏ ਔਰ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹਨਾਂ ਦੇ ਸ਼ਹਿਰ ਦੇ ਨਾਲ ਲੁੱਟਿਆ ਔਰ ਹੁਣ ਜਦੋਂ ਸਾਡੀ ਗਵਰਨਮੈਂਟ ਆਈ ਅਸੀਂ ਮਗਰ ਲੱਗੇ ਹੋਏ ਸੀ, ਸਾਨੂੰ ਹੁਣ ਪਤਾ ਲੱਗਿਆ ਔਰ ਹੁਣ ਅਸੀਂ ਜਲਦ ਬੰਦ ਕਰਵਾਉਂਗੇ। ਐਮਐਲਏ ਸਾਹਿਬ ਤਾਂ ਟੋਲ ਪਲਾਜ਼ਿਆਂ ਨੂੰ ਨਾਜਾਇਜ਼ ਦੱਸ ਰਹੇ ਨੇ ਪਰ ਟੋਲ ਪ੍ਰਬੰਧਕਾਂ ਨੇ ਦਵਿੰਦਰ ਘੁਬਾਇਆ ਦੇ ਖੁਲਾਸਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ। ਦੇਖੋ ਜੀ, ਉਦੋਂ ਮੀਟਿੰਗ ਹੋਈ, ਸਾਡੇ ਜਿਹੜੇ ਉੱਚ ਅਧਿਕਾਰੀ ਉਹ ਮੀਟਿੰਗ 'ਚ ਗਏ ਆ, ਉਹ ਸਾਰੀਆਂ ਚੀਜ਼ਾਂ ਦਾ ਜਵਾਬ ਦੇ ਰਹੇ। ਜਦੋਂ ਜਿਹੜੀ ਚੀਜ਼ ਪੁੱਛਦੇ ਉਹਦਾ ਟਾਈਮ ਟੂ ਟਾਈਮ ਜਵਾਬ ਦਿੱਤਾ ਜਾਂਦਾ। ਬਾਕੀ ਉੱਚ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਜਿਹੜੀ ਕੋਰਸਪੋਂਡੈਂਸ ਚੱਲਣ ਡਿਆ ਕੰਪਨੀ ਦਾ ਉਹਨਾਂ ਨਾਲ ਹੋਣ ਡਿਆ ਔਰ ਉਹ ਜਲਦੀ ਠੀਕ ਹੋ ਜਾਊਗਾ, ਚਿੱਠੀਆਂ ਲਿਖੀਆਂ ਹੋਈਆਂ ਨੇ ਉਹਨਾਂ ਬਾਰੇ। ਕੋਈ ਇਸ ਤਰ੍ਹਾਂ ਨਜਾਇਜ਼ ਨਹੀਂ ਹੈ, ਚਿੱਠੀ ਲਿਖੀ ਕੋਰਸਪੋਂਡੈਂਸ ਟਾਈਮ ਟਾਈਮ ਹਰ ਇੱਕ ਚੀਜ਼ ਦਾ ਚੱਲ ਰਿਹਾ। ਸੋ ਕੀ ਸਾਰੀਆਂ ਸ਼ਰਤਾਂ ਪੂਰੀਆਂ? 5 ਕਿਲੋਮੀਟਰ ਦਾ ਪਾਸ ਦਾ ਹੈ ਐਗਰੀਮੈਂਟ ਮੇਰੇ ਕੋਲ, ਪੁੱਛੋ। ਸੋਨ ਟੋਲ ਪਲਾਜ਼ਿਆਂ 'ਤੇ ਹੁੰਦੀ ਲੁੱਟ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਰੱਬ ਜਾਣਦਾ, ਕਿਉਂਕਿ ਲੋਕਾਂ ਦਾ ਨੁਮਾਇੰਦਾ ਕੁਝ ਹੋਰ ਦਾਅਵਾ ਕਰਦਾ ਅਤੇ ਟੋਲ ਟੈਕਸ ਵਾਲੇ ਕੁਝ ਹੋਰ ਕਹਿ ਰਹੇ ਨੇ। ਲਿਹਾਜ਼ਾ ਸੱਚ ਸਾਹਮਣੇ ਆਉਣਾ ਜ਼ਰੂਰੀ ਹੈ, ਕਿਉਂਕਿ ਮਸਲਾ ਲੋਕਾਂ ਦੇ ਨਾਲ ਹੁੰਦੀ ਧੱਕੇਸ਼ਾਹੀ ਦਾ, ਜੋ ਸਰਕਾਰਾਂ ਬਦਲਣ ਦੇ ਨਾਲ ਵੀ ਜਿਉਂ ਦੀ ਤਿਉਂ ਹੋ ਰਹੀ ਹੈ। ਫਾਜ਼ਿਲਕਾ ਤੋਂ ਸੁਨੀਲ ਨਾਗਪਾਲ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।